ਉਹਦਾ ਮਲਬਾ ਚੁੱਕਣਾ ਉਹ ਚੁੱਕ ਲੋਗੇ ਕਿੱਥੋਂ ਚੁੱਕਣਾ ਅਟਲਾਂਟਿਕ ਓਸ਼ਨ ਜੋ ਸਮੁੰਦਰ ਦੇ ਵਿੱਚ ਤੈਚ ਗਿਆ ਚੁੱਕ ਲਾਂਗੇ ਕਿੰਨਾ ਕੁ ਮਲਬਾ ਹੈਗਾ ਕੋਈ ਮੇਰਾ 150 ਤੋਂ 200 ਕਿਲੋਗ੍ਰਾਮ ਲੋਹਾ ਸਾਰਾ ਲੋਹਾ ਠੀਕ ਹੈ ਲੋਹਾ ਤੇ ਇੰਜ ਚੁੱਕੀ ਦਾ ਜਿਵੇਂ ਚੁੱਕਣ ਦਾ ਹੱਕ ਹੈ ਚੁੱਕ ਲਾਂਗੇ ਲੇਬਰ ਹੈ ਆਪਣੇ ਕੋਲ ਹਾਂ ਮੁੰਡੇ ਰੱਖੇ ਕਿੰਨੇ ਮੁੰਡੇ ਨੇ ਮੇਰੇ ਕੋਲ 8 ਮੁੰਡੇ ਆ ਦਿਹਾੜੀ ਕੀ ਲੋਗੇ ਸਫਰ ਦਾ ਪਤਾ ਲੱਗੇ ਤੇ ਫੇਰ ਤੁਹਾਨੂੰ ਦਿਹਾੜੀ ਦਾ ਦੱਸਾਂਗੇ ਨਾ ਤੁਹਾਨੂੰ ਲੈ ਜਾਵਾਂਗੇ ਬਸ ਤੁਸੀਂ ਗੋਤਾ ਮਾਰਨਾ ਥੱਲੇ ਜਾਣਾ ਤੇ ਮਲਬਾ ਲੈਣਾ ਬਸ ਬਾਕੀ ਸਾਰਾ ਕੁਝ ਤੁਹਾਨੂੰ ਦੇਵਾਂਗੇ ਠੀਕ ਹੈ ਗੋਤੇ ਦੇ ਤੇ ਫਿਰ 4500 ਲਵਾਂਗੇ ਜੀ ਫੀ ਬੰਦਾ ਨਹੀਂ ਨਹੀਂ ਸਾਰੇ ਹੀ 4500 ਸਾਰੇ ਦੇ 4500 ਹੋ ਜਾਏਗਾ ਸਾਰਿਆਂ ਦਾ 4500 ਇਹਦੇ ਤੋਂ ਇਲਾਵਾ ਕੋਈ ਹੋਰ ਜੇ ਕੁਝ ਹੈ ਰੋਟੀ ਮਜ਼ਦੂਰਾਂ ਦੀ ਤੁਸਾਂ ਦੇਣੀ ਸਿਗਰਟ ਪਾਣੀ ਤੁਹਾਡੇ ਜ਼ਿੰਮੇ ਲੈ ਕੇ ਜਾਣਾ ਤੇ ਆਣਾ ਤੁਹਾਡੇ ਜ਼ਿੰਮੇ ਤੇ 3 ਚਾਵਾਂ ਪੀਆਂਗੇ ਆਪਣੇ ਕੋਈ ਗੋਤਾ ਖੋਰ ਹੈਗੇ ਨੇ ਮੁੰਡੇ ਜਿਹੜੇ ਪਾਣੀ ਦੇ ਵਿੱਚ ਚੱਲ ਜਾਣ ਸਾਰੇ ਹੀ ਗੋਤਾ ਖੋਰ ਸਾਡੇ ਕੋ ਕੀ ਹੈ ਉਡਾਰੀ ਹੈ ਜਾਂ ਗੋਤਾ ਖਾਰੀ ਹੈ ਹੋਰ ਚ ਕਿਹੜੀ ਪਰੇਸ਼ਾਨੀ ਉਹ ਤੇ ਬੜੇ ਬੜੇ ਦੁਨੀਆ ਦੇ ਵੱਡੇ ਵੱਡੇ ਜਹਾਜ਼ ਵੀ ਆਏ ਨੇ ਉਹ ਨਾਕਾਮ ਹੋ ਗਏ ਨੇ ਤੇ ਤੁਸੀਂ ਚੁੱਕ ਲੋਗੇ ਇਹ ਵੇਖ ਲਓ ਮੇਰੀ ਬਿਸਤੀ ਨਾ ਕਰਾ ਦੇਣਾ ਉੱਥੇ ਜਿਹੜੇ ਚੁੱਕ ਲਾਂਗੇ ਜ਼ਬਾਨ ਦਿੱਤੀ ਹੈ ਪੂਰਾ ਕਰਾਂਗੇ ਲੋਹੇ ਹੀ ਹੈ ਨਾ ਲੋਹੇ ਚੁੱਕਣ ਦਾ ਪਹਿਲਾ ਹੀ ਕੰਮ ਹੈ ਸਾਡਾ ਗਹਿਰਾਈ ਹੈਗੀ ਹੈ ਗੁੰਦੀ ਤਕਰੀਬਨ ਕੋਈ 12,000-13,000 ਫੁੱਟ ਹੈ ਕੋਈ ਗੱਲ ਨਹੀਂ ਚੁੱਕ ਲਾਂਗੇ ਹੁਣ ਕਹਿਤਾ ਹੈ ਤੇ ਹੁਣ ਕੀ ਕਰੀਏ ਕਿੰਨੇ ਵਜੇ ਪਹੁੰਚੋਗੇ ਸਵੇਰੇ ਤੁਸੀਂ 7 ਵਜੇ ਆ ਜਾਓ ਲੈ ਜਾਓ ਸਾਨੂੰ ਅਸੀਂ ਮਲਬਾ ਚੁੱਕ ਦੇਵਾਂਗੇ ਤੁਹਾਨੂੰ ਕੋਈ ਹੋਰ ਤੁਹਾਡੇ ਕੋਲ ਸ਼ਰਤ ਸ਼ੁਰਤ ਹੈ ਤਾਂ ਸਾਨੂੰ ਦੱਸ ਦਿਓ ਕਿਉਂਕਿ ਪਹਿਲੇ ਵੀ ਜਿਹੜੇ ਕੱਢਣਗੇ ਉਹ ਵਾਪਸ ਨਹੀਂ ਆਏ ਕੋਈ ਨਹੀਂ ਅਸੀਂ ਵਾਪਸ ਆ ਜਾਵਾਂਗੇ ਸਾਡੇ ਵਾਸਤੇ ਕੀ ਹੈ ਸਮੁੰਦਰ ਤੇ ਸਾਰਾ ਮਸਲਾ ਅਸੀਂ ਕਰ ਲਾਂਗੇ ਕਹਿਤਾ ਸਵੇਰ ਨੂੰ ਆ ਕੇ ਲੈ ਲਿਆ ਜੇ ਸਾਨੂੰ ਗਹਿਰਾਈ ਬੜੀ ਹੈ ਪਰ ਤੁਹਾਡੇ ਕੋਲ ਲਾਈਟਾਂ ਲੂਟਾਂ ਹੈਗੀਆਂ ਸਮੁੰਦਰ 'ਚ ਮਾਰਨ ਲਈ ਹਨੇਰਾ ਬਹੁਤ ਹੈ ਥੱਲੇ ਹਾਂ ਲਾਈਟਾਂ ਵੀ ਹੈਗੀਆਂ ਤੇ ਬਾਕੀ ਜੰਜੀਰੀਆਂ ਵੀ ਹੈਗੀਆਂ ਸਾਡੇ ਕੋਲ ਉਹ ਸਾਰਾ ਉਹਨੂੰ ਪਾ ਕੇ ਖਿੱਚ ਕੇ ਲੈ ਆਵਾਂਗੇ ਬਸ ਇੱਕ ਮਸਲਾ ਹੈ ਸਾਡਾ ਰਾਤ ਦਾ ਕੰਮ ਹੋਵੇ ਜਿਸ ਟਾਈਮ ਅਸੀਂ ਦਵਾਈ ਖਿੱਚਣੀ ਹੁੰਦੀ ਹੈ ਨਾ ਉਸ ਟਾਈਮ ਦਾ ਕੰਮ ਹੋਵੇ ਫਿਰ ਮਸਲਾ ਨਹੀਂ ਹੈ ਠੰਡ ਤਾਂ ਨਹੀਂ ਲੱਗੇਗੀ ਪਾਣੀ ਬਹੁਤ ਠੰਡਾ ਕਹਿੰਦੇ ਨਹੀਂ ਸਾਨੂੰ ਠੰਡ ਅਤੇ ਗਰਮੀ ਨਾਲ ਕੀ ਲੈਣਾ ਦੇਣਾ ਅਸੀਂ ਕੰਮ ਕਰਨਾ ਬਸ ਸਾਡੀ ਦਵਾਈ ਪੂਰੀ ਤੁਹਾਡੀ ਮਜ਼ਦੂਰੀ ਅਤੇ ਤੁਹਾਡਾ ਕੰਮ ਪੂਰਾ ਜਨਾਬ ਇਹ ਦੁਨੀਆ ਕੇ ਜੋ ਬੜੇ ਬੜੇ